पंजाब विच लगातार ही चिट्टे दे शिकर हो रहे नौजवान रोजाना वेखन नूं मिल रहे ने। उजड़दे ने हसदे वसदे घर। जी हाँ, एक अजिहा मामला मोगा जिला दे पिंड सलीने तो सामने आया, जिथे कि एक 25 साल दा नौजवान ने चिट्टे दी डोज लई घर दे तो पैसे दी मांग कीती, पर मांग पूरी ना होण ते उस वक्त नौजवान ने घर नूं अग ला दित्ती। कारदिया दे दसन मुताबक सारा समान साड़ के सुआह हो गया। तुसी भी देखो ये सारी तस्वीरां। जद इस घटना की सूचना संबंधित थाना सदर नूं दित्ती गई तां पुलिस वल्लों उक्त नौजवान रियासत विच लैके जांच करवाई गई। मोगा तो भजन लाल दी रिपोर्ट, लाइव भारत। हाँ जी भैने, अपना नाम दसो। कुलवंत कौर। तो भैने, रात जो वाकया होया उहदे बारे जानकारी दिओ। नशा करदा सी, नशे वास्ते पैसे मंगदा सी। पहला असीं देते पैसे, जदों नहीं पैसे दित्ते कहिंदा मैं अग दाऊंगा विच ही थोनू खा लूंगा। की मुंडे दा की नाम है जी? सरजीत सिंह। की काम की करदा? काम दिहाड़ी जोता ही करदा। अच्छा, तो किवें नशे दे विच किवें लगे, की गलबात होई है जी? नशा जी चिट्टा लाउंदा सीगा, परसों तो कणक लै गया, मन धोती पई सी, गिल्लू वेच आया। कल असीं दो वारी पैसे देते, जो तीजी वार मंगन लगा साढ़े कोल पैसे है नहीं सीगे। कहिंदा फिर तुसीं भी आ जाओ, सानू नहीं सी निकल दिंदा। असीं भी आप दा जा के असीं मेरी बाँह फड़ ली, इन्हें मेरी बाँह छिड़ाती। बाँह जदों इन्हें छिड़ाती तो अंदर वड़ गया, अंदर अग लाउण लग गया। मुड़ के साढ़े मगर फिर भज्जा, असीं अगे तो जाके मसा असीं आप दी आप बचाया। ਅੱਗ ਲਾਉਣ ਦੀ ਮੁੱਖ ਵਜ੍ਹਾ ਕੀ ਸੀ, ਕੀ ਕਹਿੰਦਾ ਸੀ ਉਹ? ਪੈਸੇ ਮੰਗਦਾ ਸੀ, ਪੈਸਿਆਂ ਦੀ ਵਜ੍ਹਾ ਨਾਰਾ ਲਗਾਇਆ ਚਿੱਟਾ ਲਾਉਣ ਵਾਸਤੇ। ਤੇ ਇਹ ਕਦੋਂ ਤੋਂ ਲਾ ਰਿਹਾ ਸੀ, ਕਿੰਨਾ ਚਿਰ ਹੋ ਗਿਆ ਜੀ? 5-6 ਸਾਲ ਹੋ ਗਏ। 5-6 ਸਾਲ ਹੋ ਗਏ? ਹਾਂਜੀ, 5-6 ਸਾਲ ਹੋ ਗਏ। ਵਿਆਹੇ ਨੂੰ ਵੀ 5-6 ਸਾਲ ਹੋ ਗਏ, ਉਦੋਂ ਦਾ ਲਾਉਂਦਾ ਸੀਗਾ। ਜਦੋਂ ਵਿਆਹਿਆ ਗਿਆ ਉਦੋਂ ਦਾ ਚਿੱਟਾ ਲਾਉਣ ਸੀ। ਘਰ ਵਾਲੀ ਵੀ ਤਲਾਕ ਦੇ ਗਈ, ਉਹਦਾ ਵੀ ਥੋੜ੍ਹੇ ਦਿਨ ਹੋ ਗਏ ਸਮਾਨ ਚੱਕਿਆ ਗਿਆ ਸੀ। ਉਦਣ ਦਾ ਜਾਣੀ ਕਿ ਬਾਹਲਾ ਵਧ ਹੀ ਜਾਂਦਾ ਸੀ, ਘਟਣ ਦੇ ਬਜਾਏ ਵਧ ਹੀ ਜਾਂਦਾ ਸੀ। ਪਿੰਡੋਂ ਹੀ ਮਿਲਦਾ ਸੀਗਾ, ਪਿੰਡੋਂ ਮਿਲਦਾ ਕਰਕੇ ਟੀਕਿਆਂ ਵਾਲਾ ਲਿਆਉਂਦਾ ਸੀਗਾ, ਜਿਹੜਾ ਦਿੰਦਾ ਟੀਕਾ ਲਾ ਕੇ। ਫਿਰ ਕਹਿੰਦਾ ਇਹ ਮਾੜਾ ਮਿਲ ਗਿਆ, ਹੋਰ ਦੇ ਦੇ ਮੈਨੂੰ ਪੈਸੇ। ਉਹ 10 ਮਿੰਟ ਵੀ ਨਹੀਂ ਸੀ ਕਰਦਾ, ਸਾਰੀ ਦਿਹਾੜੀ 1100-1100 1500-1500 ਰੁਪਈਆ ਮੰਗ ਮੰਗ ਕੇ ਮੈਂ ਕਿਤੇ ਕਿਸੇ ਤੋਂ ਮੰਗਣੇ, ਕਿਤੇ ਕਿਸੇ ਤੋਂ ਮੰਗਣੇ। ਮੈਂ ਆਪਦੀ ਜਾਨ ਬਚਾਉਣ ਵਾਲੀ, ਮੈਂ ਕਹਿੰਦਾ ਮੇਰੀ ਜਾਨ ਬਚ ਗਈ। ਫਿਰ ਮੈਂ ਇਹਨੂੰ ਵੀ ਘਰ ਰੱਖ ਲਿਆ, ਮੈਂ ਦਿਹਾੜੀ ਨਹੀਂ ਜਾਣ ਦਿੰਦੀ ਹੁੰਦੀ ਸੀਗੀ। ਮੈਂ ਕਿਹਾ ਮੈਂ ਨਹੀਂ ਦਿਹਾੜੀ ਜਾਣ ਦੇਣਾ, ਮੇਰੀ ਜਾਨ ਵਾਲੀ ਔਖੀ, ਬੁੜੀਆਂ ਦੇ ਆਖੇ ਨਹੀਂ ਲੱਗਦਾ। ਉਦੋਂ 2 ਦਿਨ ਪਹਿਲਾਂ ਇਹਦੇ ਨਾਲ ਵੀ ਇਹ ਟੁੱਟੇ ਹੋ ਗਿਆ ਅਤੇ ਗਲ 'ਚ ਸਾਫਾ ਪਾ ਲਿਆ, ਕਹਿੰਦਾ ਗਲ ਘੁੱਟਣ ਲੱਗਾ। ਜਦੋਂ ਮੈਂ ਬੰਦੇ ਇਕੱਠੇ ਕਰਕੇ ਲਏ ਦਵਾਂ ਤਾਂ ਸਾਫਾ ਕਰਤਾ ਇਹਦੇ ਗਲ 'ਚ। ਅਸੀਂ ਤਾਂ ਲੁੱਕ ਕੇ ਟਾਈਮ ਪਾਸ ਕਰਦੇ ਸੀ ਵੀ ਸਾਡੀ ਅੱਜ ਵੀ ਦਿਹਾੜੀ ਲੰਘ ਗਈ। ਇਸ ਤਾਂ ਕੰਮ ਤੋਂ ਡਰਦੇ ਖੀਰ 'ਤੇ ਉਹਨੇ ਆਹ ਹੀ ਕੰਮ ਲਿਆ ਕੇ ਕੀਤਾ। ਅਤੇ ਫਿਰ ਇੰਨੇ ਪੈਸੇ ਕਿੱਥੋਂ ਆਉਂਦੇ ਸੀ ਉਹਦੇ ਚਿੱਟਾ ਲਿਆਉਣ ਲਈ? ਚਿੱਟਾ ਲਿਆਉਣ ਲਈ ਜੀ, ਕਿਤੇ ਮੈਂ ਕੁੜੀਆਂ ਨੂੰ ਠੱਗ ਕੁਛ ਨਾ ਲਿਆਉਣਾ, ਕਿਤੇ ਕਿਸੇ ਦਾ ਕੰਮ ਕਰ, ਕਿਤੇ ਕਿਸੇ ਦਾ ਕੰਮ ਕਰ, ਲਕੋਲ ਕੋ ਰੱਖਣੇ ਕੁੜੀਆਂ ਨੇ ਮੈਨੂੰ ਕਹਿਣਾ ਨਾ। ਕਿਤੇ 500-400 ਬਦਲੇ ਤੇਰੀ ਜਾਨ ਨਾ ਗਵਾ ਦੇਵੇ, 4 ਮੇਰੀਆਂ ਕੁੜੀਆਂ ਸੀ, ਉਹਨਾਂ ਨੇ ਮੈਨੂੰ ਅੱਡੋ ਅੱਡੀ ਪੈਸੇ ਦੇਣੇ, ਮੰਮੀ ਤੇਰੀ ਜਾਨ ਨਾ ਗਵਾ ਦੇਵੇ ਪੈਸਿਆਂ ਪਿੱਛੇ, ਤੂੰ ਪੈਸੇ ਦੇ ਦਿਆ ਕਰ, ਪੈਸੇ ਦੇ ਕੇ ਜਾਨ ਆਪਦੀ ਬਚਾ ਲਿਆ। ਜਿਹੜਾ ਅਸੀਂ ਕੰਮ ਕਰਦੇ ਸੀਗੇ, ਅਸੀਂ ਦੀਵਾਲੀ ਵਾਲੇ ਦਿਨ ਵੀ ਅਸੀਂ 10 ਰੁਪਈਆਂ ਦਾ ਗੁੜ ਲਿਆ ਕੇ ਅਸੀਂ ਚਿਰਾਗਾ ਮੂਹਰੇ ਰੱਖਤਾ। ਅਸੀਂ ਰੋਟੀਆਂ ਵੀ ਅੰਤਦਾਰ ਰਹਿੰਦੇ ਸੀ, ਅਸੀਂ ਉਹਨੂੰ ਦਾਲ ਪਾਣੀ ਨਾਲ ਰੋਟੀ ਦਿੰਦੇ ਸੀ, ਸਾਨੂੰ ਇੰਨਾ ਪਰੇਸ਼ਾਨ ਸਨ, ਅਸੀਂ ਹੱਦੋਂ ਵੱਧ ਪਰੇਸ਼ਾਨ ਸੀਗੇ। ਅਸੀਂ ਤਾਂ ਨਾ ਜਿਉਂਦੇ ਸੀ ਨਾ ਮਰੇ ਸੀ, ਸ਼ਰਮ ਦੇ ਮਾਰੇ ਭਾਫ ਨਹੀਂ ਸੀ ਕਰਦੇ ਉਹਨੂੰ, ਅਸੀਂ ਸਾਰਾ ਕੁਛ ਦਿੰਦੇ ਸੀਗੇ, ਅਸੀਂ ਪਹਿਲਾਂ ਭੁੱਖੇ ਪੈ ਜਾਂਦੇ। ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ, ਉਹਨੂੰ ਸਮਝਾਇਆ ਨਹੀਂ ਵੀ ਕਾਕਾ ਨਸ਼ਾ ਜਿਹੜਾ? ਨਹੀਂ ਸਮਝਾਇਆ ਜੀ, ਅਸੀਂ 2-3 ਵਾਰੀ ਅਸੀਂ ਇਸੇ ਸਾਲ ਵਿੱਚ ਦੀ 2 ਵਾਰੀ ਅਸੀਂ ਜਮ੍ਹਾਂ ਕਰਾਤਾ, ਜੇਲ੍ਹ 'ਚ ਵੀ ਅਸੀਂ ਛੱਡਤਾ, ਕੋਈ ਉਹਦਾ ਹੱਲ ਨਹੀਂ ਹੋਇਆ। ਉੱਥੋਂ ਆਉਣ ਸਾਰ ਹੀ ਜਦੋਂ ਨਸ਼ਾ ਛੱਡ ਕੇ ਆਉਂਦਾ ਸੀ ਨਾ, ਆਉਣ ਸਾਰ ਹੀ ਮੰਗਰ ਪੈ ਜਾਂਦੀ ਸੀ, ਕਹਿੰਦਾ ਸੀ ਉੱਥੇ ਵੀ ਲਾਉਂਦੇ ਹਾਂ ਮੈਨੂੰ ਦਿਓ। ਉਹ ਤੋਂ ਵੱਧ ਜਾਂਦਾ ਸੀ, ਜਿੰਨਾ ਅਸੀਂ ਜਮ੍ਹਾਂ ਕਰਾਇਆ ਨਾ ਉਦੋਂ ਜ਼ਿਆਦਾ ਵੱਧ ਗਿਆ ਕੰਮ। ਅਸੀਂ ਹੁਣ 2 ਮਹੀਨੇ ਦਾ 35,000 ਦਿੱਤਾ ਸੀਗਾ। ਨਹੀਂ ਤੇ ਇਹ ਨਸ਼ਾ ਫਿਰ ਦਿਹਾੜੀ ਦਾ ਕਿੰਨਾ ਨਸ਼ਾ ਪੀਂਦਾ ਸੀਗਾ? ਨਸ਼ਾ ਉਹਨੂੰ ਕੋਈ ਸਬਰ ਹੀ ਨਹੀਂ ਸੀਗਾ। 15-15 ਦੂਜੀ ਕੁੜੀ ਕੋਲ ਕੁੜੀ ਟੋਲੀ ਸੀ ਛੋਟੀ ਕੋਲ ਜਾ ਵੜਿਆ ਪਰਸੋਂ, ਕਹਿੰਦਾ ਮੈਨੂੰ ਪੈਸੇ ਦੇ। ਉਹ ਕਹਿੰਦੀ ਮੇਰੇ ਕੋਲ 100 ਰੁਪਈਆ ਆਏ, ਉਹਨੇ 100 ਦੇਤਾ। ਉਹ ਪੀਣ ਬਣਾਈ ਜਾਂਦੀ ਸੀਗੀ, ਵੱਡਾ ਸਾਰਾ ਝੋਲਾ 10 ਕਿਲੋ ਦਾ ਭਰ ਲਿਆ ਕਣਕ ਦਾ। ਕਹਿੰਦਾ ਨਹੀਂ ਪੈਸੇ ਤਾਂ ਫਿਰ ਮੇਰਾ ਤਾਂ ਇੰਨਾ ਸਰਨਾ ਨਹੀਂ ਗਿਆ, ਉੱਥੋਂ ਕਣਕ ਦਾ ਝੋਲਾ ਭਰ ਕੇ ਲੈ ਗਿਆ। ਉਹ ਮੋਗੇ ਜਾ ਕੇ ਵੇਚੀ, ਮੈਂ ਕਿਹਾ ਤੂੰ ਕੁੜੀਆਂ ਕੋਲ ਸ਼ਰਮ ਮੰਨ ਲਓ, ਤਾਂ ਸੱਸ ਸਹੁਰਾ ਘਰੇ ਬੈਠੇ। ਕਹਿੰਦਾ ਮੇਰਾ ਸਰਦਾ ਨਹੀਂ ਸੀਗਾ, 150 ਦੀ ਉਹ ਹੋਈ, 250 ਰੁਪਈਏ ਨਾਲ ਫਿਰ ਮੇਰਾ ਜਾ ਕੇ ਕੰਮ ਚੱਲਿਆ। ਅਤੇ ਫਿਰ ਤੁਹਾਡੀ ਘਰ ਦੀ ਰੋਟੀ ਕਿਵੇਂ ਚੱਲਦੀ ਹੈ ਜਦੋਂ ਮੁੰਡਾ ਦਾ ਤੁਹਾਡੇ ਕਹਿੰਦੇ ਮੁਤਾਬਕ ਰੋਜ਼ ਦਾ 1000-1500 ਦਾ ਤਾਂ ਚਿੱਟਾ ਹੀ ਪੀ ਜਾਂਦਾ, ਇੰਨੀ ਤੁਹਾਡੀ ਕਮਾਈ ਹੈ ਨਹੀਂ, ਫਿਰ ਤੁਹਾਡੀ ਘਰ ਦੀ ਰੋਟੀ ਕਿਵੇਂ ਚੱਲਦੀ ਹੈ ਜੀ? ਸਾਡੀ ਰੋਟੀ ਜੀ ਐਂ ਚੱਲਦੀ, ਤੈਨੂੰ ਦੱਸੀ ਜਾਂਦੇ ਵੀ 4 ਸਾਡੀਆਂ ਕੁੜੀਆਂ ਉਹ ਹੀ ਸਾਡੀ ਰੋਟੀ ਚਲਾਉਂਦੀਆਂ। ਸਾਨੂੰ ਤਾਂ ਸੌਦਾ ਸੀ ਤਾਂ ਹਲਦੀ ਤਿੱਕਰ ਵੀ ਕੁੜੀਆਂ ਤੋਂ ਲਿਆਉਂਦੇ,
ਉਹ ਤਾਂ ਕੰਮ ਵੀ ਛੱਡ ਗਿਆ ਸੀ, ਕੰਮ ਛੱਡ ਕੇ ਸਾਰਾ ਕੁਝ ਸਾਥੋਂ ਭਾਗ ਗਿਆ। ਤੇ ਹੁਣ ਤੁਸੀਂ ਕੀ ਚਾਹੁੰਦੇ ਹੁਣ ਵੀ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ? ਹੁਣ ਸਰਕਾਰ ਵੱਲੋਂ ਮੰਗ ਕਰਦੇ, ਇੱਕ ਤਾਂ ਨਸ਼ਾ ਬੰਦ ਹੋ ਜਾਏ ਜੀ, ਇੱਕ ਇਹ ਸਮਝੇ ਜੀ ਅਸੀਂ ਬਾਹਲੇ ਔਖੇ ਹਾਂ ਜੀ, ਅਸੀਂ ਤਾਂ ਰੁੱਟ ਨੂੰ ਵੀ ਆਵਾਜ਼ ਆ ਰਹਾ। ਅਸੀਂ ਤਾਂ ਇੱਕ ਦਿਨ ਸਾਡੇ ਖੰਡ ਚਾਹ ਨਹੀਂ ਸੀ, ਮੈਂ ਦੂਰ ਜ਼ਿਮੀਂਦਾਰਾਂ ਦੇ ਘਰੇ ਗਈ, ਮੈਂ ਕਿਹਾ ਨਾ ਸਾਡੇ ਖੰਡ ਆ ਨਾ ਚਾਹ ਹੈ। ਉਹਨੇ ਮੈਨੂੰ ਖੰਡ ਚਾਹ ਦਿੱਤੀ, ਨਾਲ ਦੁੱਧ ਦਿੱਤਾ। ਚਾਰ ਚਾਰ ਦਿਨ ਮੈਂ ਦੁਪਹਿਰੇ, ਪਹਿਲੇ ਤਾਂ ਕਹਿੰਦਾ ਮੈਂ ਬਣਾਉਂਦ ਕੋਈ ਨਹੀਂ ਚਾਹ, ਮੈਂ ਕਹਿੰਦੀ ਨਾ ਜੇ ਆ ਗਿਆ ਤਾਂ ਉਹ ਚਾਹ ਪੀ ਲੂਗਾ, ਮੈਂ ਕੀ ਚਾਹ ਪੀ ਕੇ ਕਰਨੀ, ਮੈਂ ਉਹਨੂੰ ਕਿੱਥੋਂ ਦੇਊਂਗੀ। ਜਦੋਂ ਆ ਜਾਂਦਾ ਸੀ ਉਹਨੂੰ ਚਾਹ ਪਾਣੀ ਦਿੰਦੀ ਸੀ, ਮੈਂ ਪੀਣਾ, ਮੈਂ ਕਿਸੇ ਦੇ ਘਰੋਂ ਖੰਡ ਚਾਹ ਲੈ ਕੇ ਆਈ, ਫਿਰ ਮੈਂ ਚਾਹ ਪਾਣੀ ਦਾ। ਮੈਂ ਆਖਿਆ ਪੁੱਤ ਥੋੜ੍ਹਾ ਜਿਹਾ ਸੰਭਲ ਜਾ, ਵੀ ਅੱਜ ਮੈਂ ਕਿਹੜੇ ਸਮੇਂ ਨਾਲ ਗਈ, ਇੱਡੀ ਦੂਰ ਛੱਪੜ ਦੂਰ ਕਰ ਸੀ ਉਹਦਾ ਖੁੱਸਿਆਂ ਲਈ। ਕਹਿੰਦਾ ਕੋਈ ਨਾ ਮੰਮੀ, ਮੈਂ ਹਟ ਜੂੰਗਾ, ਜਦੋਂ ਮੈਂ ਹਟ ਗਿਆ ਨਾ ਉਦੋਂ ਤੇਰੀਆਂ ਸਾਰੀਆਂ ਟੈਨਸ਼ਨਾਂ ਲਾ ਦੂੰਗਾ। ਆਹ ਗੱਲ ਮੈਨੂੰ ਕਹਿ ਦਿੰਦਾ ਸੀ, ਆਹ ਗੱਲ ਕਹਿ ਕੇ ਬਸ ਮੈਨੂੰ ਵਰਾ ਦਿੰਦਾ ਸੀਗਾ, ਬਸ ਮੈਂ ਟਿਕ ਜਾਂਦੀ ਸੀਗੀ। ਮੈਂ ਤਾਂ ਹੰਬ ਖੜੋਤੀ, ਇਸ ਟਾਈਮ ਬਰਬਾਦੀ ਹੋ ਗਈ ਸਾਡੇ ਘਰ ਦੀ। ਇਸੇ ਕੰਮ ਤੋਂ ਮੈਂ ਡਰਦੀ ਸੀਗੀ, ਮੈਂ ਕਹਿੰਦੀ ਸੀ ਨਾ ਮੇਰਾ ਮਸਾਂ ਦਾ ਘਰ ਬਣਾਇਆ ਵਾ, ਮੇਰੇ ਘਰੇ ਚਾਰ ਜਵਾਈ ਆਉਣ ਵਾਲੇ, ਚਾਰ ਮੇਰੀਆਂ ਧੀਆਂ ਆਉਣ ਵਾਲੀਆਂ, ਮੇਰਾ ਮਸਾਂ ਦਾ ਘਰ ਬਣਾਇਆ ਵਾ, ਮੇਰਾ ਘਰ ਬਚਿਆ ਰਵੇ, ਮੇਰਾ ਘਰ ਬਚਿਆ ਰਵੇ। ਮੂਹਰੇ ਮੇਰਾ ਥਾਂ ਲਿਆ ਸੀ, ਉਹ ਵੀ ਮੇਰਾ ਨਸ਼ੇ 'ਚ ਵਿਕ ਗਿਆ। ਜੇ ਮੇਰੇ ਘਰ ਬਣਾਇਆ ਸੀ, ਇਹ ਮੇਰਾ ਇਹਨੇ ਬਰਬਾਦ ਕਰਤਾ। ਇਹ ਨਸ਼ਾ ਖਾਂਦਾ, ਇਹ ਦੋਨੋਂ ਛੱਡ ਦੇ, ਤਿੰਨਾਂ ਜਣਿਆਂ ਦੇ ਸਾਡੇ 'ਤੇ ਕੇਸ ਚੱਲਦੇ ਸੀ, ਸਾਨੂੰ ਕੇਸਾਂ ਨੇ ਅਤੇ ਨਸ਼ੇ ਨੇ ਬਰਬਾਦ ਕਰਤਾ। ਅਤੇ ਹੁਣ ਤੁਹਾਡਾ ਮੁੰਡਾ ਜਿਹੜਾ ਸੀਗਾ ਜਿਹਨੇ ਅੱਗ ਲਾਈ ਹੈ, ਮੁੰਡਾ ਕਿੱਥੇ ਇਸ ਟਾਈਮ? ਮੁੰਡਾ ਇਸ ਟਾਈਮ ਥਾਣੇ ਆ ਜੀ। ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ, ਉਹਨਾਂ ਦਾ ਕੀ ਕਹਿਣਾ ਜੀ, ਕੋਈ ਗੱਲਬਾਤ ਹੋਈ ਉਹਨਾਂ ਨਾਲ? ਕਾਰਵਾਈ ਆਹੀ ਆ, ਉਹਨੂੰ ਲੈ ਗਏ ਆ ਫੜ ਕੇ, ਕਹਿੰਦੇ ਸੀ ਸਾਰਾ ਕੁਛ ਕਰਾਂਗੇ ਜੀ। ਉਦੋਂ ਪਹਿਲਾਂ ਅਸੀਂ ਕਾਰਵਾਈਆਂ ਕੀਤੀਆਂ ਸੀ, ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜੀ। ਮੇਰੀ ਧੀ ਕੱਖਾਂ ਤੋਂ ਹੋਣੀ, ਆਹ ਮੇਰਾ ਛੋਟਾ ਪੁੱਤ, ਮੇਰੀ ਧੀ ਰਾਣੀ ਸੀ ਆਪਦੇ ਘਰੇ, ਜਿਹੜੀ ਅੱਜ ਟੁੱਪ ਨੂੰ ਵੀ ਮੰਗ ਮੰਗ ਕੇ ਲਿਆ ਕੇ ਚਾਹਾਂ ਪੱਤੀਆਂ ਪੀਂਦੀ ਹੈ। ਅਸੀਂ ਕੰਨ ਨਹੀਂ ਸੀ ਕਰਦੇ ਵੀ ਮੇਰੀ ਧੀ ਸੌਖੀ ਆ, ਇਸ ਟਾਈਮ ਇੱਕ ਸਾਥੋਂ ਮਰਿਆ ਨਹੀਂ ਜਾਂਦਾ, ਇਹਦਾ ਹਾਲਤ ਦੇਖ ਕੇ ਮਸਾਂ ਦਾ ਬਣਾਇਆ ਵਾ, ਉਹਦਾ ਕੰਮ ਕਰ, ਉਹਦਾ ਤਾਂ ਚਾਹ ਪਾਣੀ ਪੀਂਦੇ ਸੀ ਜਿਹੜਾ ਉਹ ਲੈ ਜਾਂਦਾ ਸੀ। ਆਹ ਪਿੱਛੇ ਮੈਂ ਆਈ ਅਤੇ ਆਟਾ ਇਹ ਪਿਆ ਕੇ ਰੱਖਿਆ ਇਹਨੇ, ਅਤੇ ਚੱਕ ਕੇ ਗੱਟਾ ਲੈ ਗਏ, ਕਹਿੰਦੀ ਆਟਾ ਡੁੱਲ ਜਾਊਗਾ ਆਂਟੀ, ਕਹਿੰਦੇ ਤੁਹਾਡਾ ਮੁੰਡਾ ਲੈ ਗਿਆ। ਸਾਡਾ ਘਰ ਛੱਡਦਾ ਨਹੀਂ ਸੀ ਕੁਛ, ਚੱਲ ਫਿਰ ਵੀ ਪੁਲਿਸ ਨੂੰ ਫੜ ਲੈਣ, ਫਿਰ ਵੀ ਇਹਨਾਂ ਨੇ ਆਖਣਾ ਵੀ ਇਹਨੂੰ ਮਾਰੇ ਕੁੱਟੇ ਨੇ, ਇਹਦੇ ਵਿੱਚ ਕੁਛ ਨਹੀਂ, ਪੰਜਾਂ ਧੀਆਂ ਪਿੱਛੇ ਮੂੰਹ ਵੇਖਿਆ ਸੀ ਪੁੱਤ ਦਾ, ਇਸੇ ਲਾਡ ਲਡਾਏ ਸੀ, ਉਹ ਜੀ ਕਿਸੇ ਲਡਾਏ ਨਹੀਂ। ਤੁਹਾਨੂੰ ਕੀ ਲੱਗਦਾ ਜੀ ਕਿ ਮੁੰਡਾ ਜਿਹੜਾ ਚਿੱਟਾ ਪੀਣ ਲੱਗਾ, ਕੀ ਕਾਹਤੋਂ ਲੱਗਾ, ਕਿੱਥੋਂ ਲੱਗਾ, ਕੀ ਵਜ੍ਹਾ ਸੀ ਹੁੰਦੀ? ਹੁਣ ਜੀ ਮੈਂ ਤਾਂ ਨਾਨੀ ਹਾਂ, ਮੈਨੂੰ ਤਾਂ ਪਿੰਡ ਦਾ ਕੀ ਪਤਾ, ਆਹ ਮੁੰਡਾ ਲੱਗਣਾ ਕਿੱਥੋਂ, ਗੌਰਮੈਂਟਾਂ ਦੀ ਗੌਰ, ਬਾਰਡਰ ਲੰਘ ਕੇ ਆਉਂਦਾ ਤਾਂ ਪੀਂਦਾ, ਕੋਈ ਘਰੇ ਦਾ ਕੋਈ ਬਣਾਉਂਦਾ ਨਹੀਂ, ਵਿੱਚ ਨਾਲ ਉਹਨੂੰ ਕਹਿੰਦੇ ਵਿੱਚ ਨਾਲ ਕਿਹੜਾ ਘਰੇ ਬਣਾਉਂਦਾ, ਇਹ ਗੌਰਮੈਂਟਾਂ ਦਾ, ਨਾ ਕੋਈ ਨਵੀਂ ਗੌਰਮੈਂਟ ਕਰਦੀ ਨਾ ਕੋਈ ਪੁਰਾਣੀ ਕਰਦੀ ਹੈ, ਆਹ ਹੀ ਚੱਲਣਾ ਹੈ ਤਾਂ ਘਰ ਘਰ ਆਹ ਮਹਾਤਮਾ ਰਹਿਣੇ ਆ, ਕੋਈ ਆ ਜੇ ਕੋਈ ਆ ਜੇ ਕੋਈ ਨਾ ਉੜ ਜੇ, ਜਨਤਾ ਦੇ ਪੱਲੇ ਤਾਂ ਆਹ ਕੁਛ ਹੀ ਰਹਿਣਾ, ਜਿਹੜਾ ਬਹਿੰਦਾ ਆਪਦਾ 5 ਸਾਲ ਖਾ ਪੀ ਕੇ ਦੇ ਬਸ ਠੀਕ ਠਾਕ ਡੰਡੀ ਲੱਗਦੀ ਹੈ, ਵੇਚਣ ਵਾਲੇ ਨੂੰ ਫੜਾ ਕੇ ਫਿਰ ਕਿਹੜਾ ਹੱਲ ਹੋਜੂਗਾ, ਇਹ ਜੇ ਜਿਹੜੇ ਬਾਰਡਰ ਲੰਘਾਉਂਦੇ ਆ ਉਹਨਾਂ ਨੂੰ ਗੱਲ ਮੈਂ ਫੜਨਾ, ਬਾਰਡਰ ਗੌਰਮੈਂਟਾਂ ਹੀ ਲੰਘਾਉਂਦੀਆਂ, ਬਾਰਡਰ ਕੋਈ ਉੱਡ ਕੇ ਤਾਂ ਪੰਛੀ ਤਾਂ ਹੈ ਨਹੀਂ, ਕਿ ਤਾਂ ਤੋਂ ਉੱਡ ਕੇ ਲੈ ਆਉਂਦੇ ਆ, ਸਭ ਵੱਢੀਆਂ ਚੱਲਦੀਆਂ, ਬਸ ਚੱਲੀ ਜਾਂਦਾ ਜਿਹੜਾ ਕੁਛ, ਸਾਡੇ ਨਾਲ ਤਾਂ ਜਿਹੜਾ ਕੁਛ ਹੋ ਗਿਆ, ਨਿਆਤ ਲੋਕਾਂ ਨਾਲ ਨਵਿਆਂ ਨਹੀਂ ਹੋਣਾ। ਤੇ ਕਰੀਬ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੁਣ ਤੱਕ ਤੁਹਾਡਾ ਜਿਹੜਾ ਹੋਇਆ? ਇਹਨਾਂ ਜੀ ਦਾ ਘਰ ਹੀ ਉੱਜੜ ਗਿਆ, ਸਾਰਾ ਕੁਝ ਤਾਂ ਮੱਚ ਗਿਆ, ਵੀ ਛੱਤ ਵੀ ਕੋਈ ਛੱਤ ਵੀ ਪੈਣ ਨੂੰ, ਛੱਤ ਵੀ ਹੈ ਨਹੀਂ ਪੈਣ ਨੂੰ, ਉਹਦੇ ਪਾਸ ਚੁੰਨੀ ਹੋਣੀ ਬਚੀ, ਆਹ ਦੱਸੋ ਦੇਖੋ, ਆ ਚੱਪ ਰੇਡ ਲੈਣੀ ਹਰ ਜਾਈਆਂ ਦਾ, ਦੇਖੋ ਕੀ ਹਾਲ ਹੋਇਆ ਪਿਆ, ਕੀ ਲੈਣੀ ਜੀ, ਇਸ ਟਾਈਮ ਛੱਤ ਹੈ ਨਹੀਂ, ਉਹਦਾ ਤਾਂ ਕੁਛ ਵੀ ਨਹੀਂ ਬਚਿਆ, ਸਿਆਲ ਦਾ ਮਹੀਨਾ ਛੰਨ ਨਹੀਂ ਬੰਨੀ ਜਾਂਦੀ, ਛੰਨ ਬੰਨ ਕੇ ਬੈਠੇ ਸੀ ਪਾਸੇ, ਕਸੂਰ ਮੇਨ ਤਾਂ ਗੌਰਮੈਂਟਾਂ ਦੀ ਹੈ ਯਾਰ, ਨਾ ਕੋਈ ਪੀਣ ਵਾਲਾ ਮਾੜਾ, ਨਾ ਕੋਈ ਵੇਚਣ ਵਾਲਾ ਮਾੜਾ, ਜੇ ਕਿਤੋਂ ਆਊ ਤਾਂ ਚੀਜ਼ ਵੇਖੂ, ਇਹ ਤਾਂ ਆਪਾਂ ਨੂੰ ਵੀ ਪਤਾ ਇਹ ਚੀਜ਼ ਦਾ, ਕੋਈ ਉੱਤੋਂ ਤਾਂ ਡੈਗਦੀ ਨੀ, ਬਾਰਡਰਾਂ ਤੋਂ ਲੰਘ ਕੇ ਆਉਂਦੀਆਂ ਤਾਂ ਚੀਜ਼ਾਂ ਵੇਖ ਲੈਂਦੇ, ਬੰਦ ਹੋਊਗਾ ਤਾਂ ਫੇਰ ਹੋਣਾ, ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਕਹਿੰਦੇ ਆ ਵੀ ਉਹਨੂੰ ਟਿਕਾ ਕੇ ਦਿਓ ਸਜ਼ਾ, ਤੇ ਇਹਨਾਂ ਨੂੰ ਮੁਲਾਜ਼ਾ ਮਿਲਣਾ ਚਾਹੀਦਾ, ਮੇਰੇ ਭੈਣ ਭਰਾ ਨੂੰ ਜਿਹੜਾ ਕੋਈ ਇੰਨਾ ਨੁਕਸਾਨ ਹੋ ਗਿਆ, ਇਹ ਕਿੱਥੋਂ ਭਰਨ ਗਿਆ, ਹੁਣ ਉਹਨੂੰ ਜਿਹੜੀ ਸਜ਼ਾ ਬਣਦੀ ਕਾਨੂੰਨ ਉਹਦੀ ਸਜ਼ਾ ਦਿਓ। ਪਰ ਮਾਤਾ ਜੀ ਤਾਂ ਕਹਿੰਦੇ ਸੀ ਕਹਿੰਦੇ ਵੀ ਮੁੰਡਾ ਕਹਿੰਦਾ ਸੀ ਮੈਂ ਚਿੱਟਾ ਛੱਡ ਦੂੰ, ਫਿਰ ਉਹਨਾਂ ਨੇ ਕਿਉਂ ਨਹੀਂ ਛੱਡਿਆ, ਕੋਈ ਲੱਗਦੀ ਕੀ ਵਜ੍ਹਾ ਹੋ ਸਕਦੀ? ਪੈਸੇ ਲੈਣ ਦਾ ਮਾਰਾ ਕਹਿ ਦਿੰਦਾ ਛੱਡਦਾ ਸੀ, ਲੈਣ ਮੌਕੇ ਤੇ ਤਾਂ ਅਗਲਾ ਬਹੁਤ ਕੁਝ ਕਹਿ ਦਿੰਦਾ, ਛੱਡਦਾ ਨਹੀਂ ਸੀ, ਛੱਡਦਾ ਨਹੀਂ ਸੀ, ਕਹਿ ਹੀ ਦੇਣਾ ਭੈਣਾ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਮੂੰਹ ਤੇ, ਬਸ ਕਹਿਣ ਨਾਲ ਤੇ ਕਮਾਉਣ 'ਚ ਫਰਕ ਬਹੁਤ ਆ। ਮਾਮੇ ਵੀ 2-3 ਵਾਰੀ ਭਾਲਣ ਆਏ, ਕੁੱਟਣ ਆਏ, ਫਿਰ ਭੱਜ ਜਾਂਦਾ ਸੀ, ਨਹੀਂ ਸੀ ਕਿਉਂਦਾ ਵੀ ਸਾਡੀ ਔਖੀ ਆ, ਉਦੋਂ ਕੰਧਾ ਟੱਪ ਜਾਂਦਾ ਸੀ, ਫਿਰ ਕੀ ਕਰਦੇ, ਕੁੱਟ ਤਾਂ ਇਹ ਚੀਜ਼ ਦਾ ਹੱਲ ਹੈ ਨਹੀਂ, ਤਾਂ ਗੌਰਮੈਂਟਾਂ ਦੇ ਹੱਥ 'ਚ ਹੱਲ ਆ, ਬਸ ਗੌਰਮੈਂਟ ਬੰਦ ਕਰੇ ਚੀਜ਼, ਗੌਰਮੈਂਟਾਂ ਚਾਹੁਣ ਤਾਂ ਬੰਦ ਹੋ ਸਕਦਾ, ਮਾਤਮਾ ਘਰ ਘਰ ਨਹੀਂ ਨਿੱਤ ਆਹ ਕੁਛ ਹੀ ਪੁੱਟਣਾ,
चिट्टा पी जांदी मंडीर जदों नहीं घरों घर दे पैसे दिंदे मुड़ के अग मिलाउण लग जांदे हुण कल इन्हां ने पैसे दित्ते ने जिन्ना चिर दई गए जुत्तियां जुत्तियां खा के उन्ना चिर बचिया रहा कर कल दिते ने कल मचाता सारा कुछ पर अज तो थोड़े दिन पहला मोगे के जिहड़े SSP साहब सुरेंद्र मांडा उन्होंने एक हैल्पलाइन नंबर दिता सी जिंदे विच कोई चिट्टा वेचदे आ वह कहिंदे कि सानूं दस्सो असीं उहदे उपर जिहड़ी हैगी आ पूरी कार्रवाई करांगे उस नूं लैके कोई गलबात होई है कोई प्रशासन की कहा उन्होंने की कहना तुहानूं किसे ने नहीं जी कोई कार्रवाई की 23 तरीक नूं असीं दरखास्त दे के इहदी वीडियो बनाई नां लिया ने बंदे का जिहड़ा वेचदा सी उत्ते कोई असर नहीं किया सरकार ने गवर्नमेंट के घर बंद का ना भी पिंड लैवल से लिया जा चुका भी आह बंद फड़ो जहाँ वेचदा जे कोई वेचदा तो पींदा थाने के जाके ना लिया नंबर किन्ने बंदे पिंड वेचन वाले कोई है कोई आइडिया कोई चार पांच बंदे मोटे पता ही कोई नहीं गिनती ਪ੍ਰਸ਼ਾਸਨ ਦਾ ਕੀ ਕਹਿਣਾ ਸੀ ਕੀ ਕਹਿੰਦੇ ਸੀ ਕਹਿੰਦੇ ਸੀ ਫੜਾਂਗੇ ਬਸ ਆਹ ਕੁਛ ਹੀ ਫੜਾਂਗੇ ਗੇੜਾ ਮਾਰ ਕੇ ਉੱਠ ਕੇ ਮੁੜ ਕੇ ਵੀ ਆਇਆ ਗੌਰਮੈਂਟ ਲਾਰੇ ਲਏ ਅੱਜ ਤੱਕ ਤੇ ਲਾਰੇ ਉਹਨਾਂ ਨੇ ਲਾ ਕੇ ਮੋੜ ਤੇ ਕਰ ਲੈ ਕਾਰਵਾਈ ਪੈਸੇ ਲੈ ਲੈਂਦੇ ਅਗਲੇ ਪਾਸੇ ਤੇ ਆਉਂਦਾ ਜਾਂਦੇ ਹੈ ਨਹੀਂ ਜੇ ਆ ਕੇ ਤਾਂ ਇਹਨੂੰ ਪਹਿਲਾਂ ਭਜਾ ਦੇਣਾ ਫੋਨ ਲਾ ਕੇ ਸਰ ਸਤਿ ਸ਼੍ਰੀ ਅਕਾਲ ਜੀ ਸਰ ਰਾਤ ਜਿਹੜਾ ਅਸੀਂ ਲੈਣੇ ਗਏ ਸੋਏ ਜੀ ਚਿੱਟੇ ਦੇ ਕੇਸ ਦੇ ਵਿੱਚ ਲੜਕੇ ਨੇ ਘਰੇ ਅੱਗ ਲਾਈ ਆ ਉਸ ਦੇ ਬਾਰੇ ਜਾਣਕਾਰੀ ਦਿਓ ਕੀ ਕਾਰਵਾਈ ਸੀਗੀ ਜੀ ਉਹਦੇ 'ਚ ਸਾਨੂੰ ਕੱਲ੍ਹ ਰਾਤ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਲੀਨਾ ਪਿੰਡ ਵਿੱਚ ਕੋਈ ਲੋਅ ਐਂਡ ਆਰਡਰ ਸਿਚੁਏਸ਼ਨ ਕੁਝ ਲੋਕਾਂ ਦਾ ਇਕੱਠ ਹੈ ਜਿਸ ਸੰਬੰਧੀ ਮੈਂ ਉੱਥੇ ਪਹੁੰਚਿਆ ਮੌਕੇ 'ਤੇ ਫਿਰ ਅਸੀਂ ਉੱਥੋਂ ਦੇ ਜਿਹੜੇ ਮੋਤਬਰ ਬੰਦੇ ਸੀ ਉਹਨਾਂ ਨੂੰ ਹਮਰਾਹ ਲੈ ਕੇ ਜੋ ਸਾਰਾ ਮੌਕਾ ਦੇਖਿਆ ਜਿੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਲੜਕਾ ਹੈ ਉਹ ਥੋੜ੍ਹਾ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਸੀ ਅਤੇ ਕੁਛ ਜੋ ਲੋਕ ਕਹਿ ਰਹੇ ਨੇ ਸਾਨੂੰ ਸੁਣਿਆ ਅਤੇ ਵੀ ਉਸਨੇ ਨਸ਼ਾ ਵੀ ਕੀਤਾ ਹੋਇਆ ਸੀ ਉਸ ਨਸ਼ੇ ਦੀ ਤੈਅ ਉੱਚ ਅਤੇ ਮਾਨਸਿਕ ਪਰੇਸ਼ਾਨੀ ਦੇ ਅਧੀਨ ਉਸਨੇ ਆਪਣੇ ਘਰ ਵਿੱਚ ਤੋੜ ਫੋੜ ਕੀਤੀ ਅਤੇ ਆਪਣੇ ਸਮਾਨ ਨੂੰ ਅੱਗ ਲਾਈ ਜਿਸ ਸੰਬੰਧੀ ਅਸੀਂ ਫਿਰ ਪੜਤਾਲ ਕਰਨ ਲਈ ਉੱਥੇ ਪੁੱਜੇ ਅਤੇ ਉਸਦੇ ਉੱਪਰ ਹੁਣ ਨੈਕਸਟ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਸੀਂ ਉਸਦੇ ਘਰਦਿਆਂ ਨੂੰ ਬਿਆਨ ਲਵਾਂਗੇ ਪਹਿਲਾਂ ਬਿਆਨ ਦੇ ਆਧਾਰ 'ਤੇ ਜੋ ਵੀ ਐਸ ਪਰ ਲਾਓ ਅਤੇ ਕਾਰਵਾਈ ਹੋਏਗੀ ਅਸੀਂ ਉਹ ਕਾਰਵਾਈ ਉੱਥੇ ਕਰਾਂਗੇ ਅਤੇ ਉਹਦੇ 'ਤੇ ਕੋਈ ਪਰਚਾ ਦਰਜ ਵਗੈਰਾ ਹੋਇਆ ਜੀ ਕੀ ਅੱਗੇ ਪ੍ਰੋਸੈਸ ਉਹ ਇਹੀ ਤੁਹਾਨੂੰ ਕਹਿ ਰਹੇ ਹਾਂ ਕਿ ਉਹਦੇ ਘਰ ਦੇ ਜੋ ਹੈ ਹਲੇ ਬਿਆਨ ਲਿਖਾਉਣਗੇ ਉਹਨਾਂ ਨੇ ਸਾਡੇ ਤੋਂ ਥੋੜ੍ਹੀ ਮੋਹਲਤ ਮੰਗੀ ਕਿ ਅਸੀਂ ਬਿਆਨ ਲਿਖਾਵਾਂਗੇ ਫਿਰ ਐਸ ਪਰ ਲਾਅ ਦੀ ਕਾਰਵਾਈ ਹੋਏਗੀ ਥੈਂਕਸ मेडिकॉम आयुर्वेदिक सेंटर यहाँ पर आपको मिलेगा हर मुश्किल का हल जैसे कि मर्दाना कमजोरी औरतों और पुरुषों के गुप्त रोग बे औलाद फालतू चर्बी बढ़ा हुआ पेट घटाएं बवासीर आपको मिलेगी हर प्रकार की आयुर्वेदिक दवाइयाँ मेडिकॉम आयुर्वेदिक सेंटर डीप कॉम्प्लेक्स ऑपोजिट दुआबा शोरूम कोट रोड अमृतसर रोजाना मिल 6 बजे तक